चंडीगढ़ पुलिस आम तौर पर यह स्लोगन वरतदी है कि केयर फॉर यू, पर शायद यह अधिकारी अपना इलाका छड़ किसी की थान से लगता केयर करनी भुल जाते हैं। सोशल मीडिया से तरथली मचाती सैक्टर 78 दी है सीसीटीवी तस्वीर तुहानू दिखाउण जा रहे हैं, जिस विच जिप्सी ते पुलिस मुलाजमान के तशद्दुद दे भेद बस तुहाडे सामने खुलण जा रहे हैं। सारे मामले की हकीकत बारे तुहानू दसदे हां, पहला इस वीडियो ते नज़र मार लवो। वेख लिया तुसी किस तरह बेखौफ यह पुलिस वाले शरेआम लोगों नाल ज़्यादती कर रहे ने। दरअसल मामला उस समय सुर्खियों विच आ गया जदों चंडीगढ़ पुलिस मुलाजम वालों पायलट जिप्सी विच सवार होकर मोटरसाइकिल सवारा ते फेट मार दी गई, जिस तों बाद दिलप्रीत ते गुरनाम सिंह वालों सोहाणा थाने विच लिखती शिकायत दे दी गई। पर जदों इस बार खुद दोष पुलिस वालियां ते लगे तां सीनियर पुलिस अधिकारियों वालों पत्रकारां दे सवालों के जवाब तुहानू भी हैरान कर देणगे। ਉਹਦੇ ਵੱਲੋਂ ਤਾਂ ਉਹਦੇ ਨਾਊਨ ਸੀਗਾ ਕੋਈ ਰੈਲੇਟਿਵ ਗੁਰਨਾਮ ਸਿੰਘ, 23 ਤਰੀਕ ਨੂੰ ਸਾਨੂੰ ਇੱਕ ਰਿਟਨ ਕੰਪਲੇਂਟ ਦਿੱਤੀ ਸੀਗੀ ਕਿ ਇਹ ਚੰਡੀਗੜ੍ਹ ਨੰਬਰ ਦੀ ਜਿਪਸੀ ਸੀਗੀ, ਉਹਨੇ ਸਾਡੇ ਨਾਲ ਹਿੱਟ ਕੀਤਾ ਹੈਗਾ। ਅਤੇ ਉਹ ਅਸੀਂ ਮੌਕੇ ਤੋਂ ਉਹਨਾਂ ਨੂੰ ਬੁਲਾਇਆ ਸੀਗਾ, ਕੱਲ੍ਹ ਸਾਡੇ ਕੋਲ ਗੁਰਨਾਮ ਸਿੰਘ ਆਇਆ ਸੀ, ਉਹਨਾਂ ਮੌਕਾ ਵਿਜ਼ਿਟ ਕਰਾਇਆ। ਮੌਕਾ ਵਿਜ਼ਿਟ ਕਰਾਉਣ 'ਤੇ ਦੋਨੋਂ ਧਿਰਾਂ ਅੱਜ ਦਾ ਟਾਈਮ ਲੈ ਗਈਆਂ ਸੀਗੀਆਂ ਵੀ ਸਾਡਾ ਕੱਲ੍ਹ ਤੱਕ ਇਹ ਜਿਹੜਾ ਮੈਟਰ ਹੈ ਉਹ ਪੈਂਡਿੰਗ ਰੱਖਿਆ ਜਾਵੇ। ਅਤੇ ਜਿਹੜੀ ਸਾਡੇ IOSI ਸੰਜੇ ਕੁਮਾਰ ਹੈਗਾ, ਉਹਦੀ ਮੁੱਢਲੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜਾ 86 ਦੇ ਵਿੱਚ ਅਵਤਾਰ ਸਿੰਘ ਚੰਡੀਗੜ੍ਹ ਪੁਲਿਸ ਦਾ ਮੁਲਾਜ਼ਮ ਹੈ, ਉਹਦਾ ਘਰ ਹੈਗਾ 86 'ਚ, ਉੱਥੋਂ ਡਿਊਟੀ ਲਈ ਉਹ ਚੰਡੀਗੜ੍ਹ ਨੂੰ ਜਾ ਰਿਹਾ ਸੀ ਗੱਡੀ ਲੈ ਕੇ। ਅਤੇ ਰਸਤੇ ਵਿੱਚ ਰੈੱਡ ਲਾਈਟ ਦਾ ਚੌਂਕ ਸੀਗਾ, ਇਹ ਦੋ ਲੜਕੇ ਸੀ ਦਿਲਪ੍ਰੀਤ ਇੱਕ ਹੋਰ ਮੋਟਰਸਾਈਕਲ 'ਤੇ, ਇਹਨਾਂ ਨੇ ਰੈੱਡ ਲਾਈਟ ਜੰਪ ਕੀਤੀ ਆ। ਉਹ ਪਿੱਛੇ ਜਾ ਕੇ ਉਹ ਜਿਹੜਾ ਅਵਤਾਰ ਸਿੰਘ ਜਿਪਸੀ ਵਾਲਾ ਸੀ, ਉਹਨੇ ਇਹਨਾਂ ਨੂੰ ਰੋਕ ਕੇ ਕਿਹਾ ਵੀ ਤੁਸੀਂ ਲਾਈਟ ਕਿਉਂ ਜੰਪ ਕੀਤੀ ਆ। ਅਤੇ ਉਹ ਦੋਨੋਂ ਲੜਕਿਆਂ ਨੇ ਇਹਨਾਂ ਨੂੰ ਆਪਣੇ ਹੱਥ ਨਾਲ ਕੋਈ ਅਸ਼ਲੀਲ ਇਸ਼ਾਰਾ ਦੋ ਵਾਰੀ ਕੀਤਾ ਹੈਗਾ, ਜਿਹਨੂੰ ਆਪਾਂ ਅਗਲੇ ਨੂੰ ਕਿਸੇ ਕਿਸਮ ਦੀ ਪਿੱਚ ਹੋਵੇ। ਉਹਨਾਂ ਨੇ ਫਿਰ ਇਹਨੂੰ ਜਾ ਕੇ ਰੋਕਿਆ ਵੀ ਤੁਸੀਂ ਇਸ਼ਾਰਾ ਕਿਉਂ ਕੀਤਾ ਹੈਗਾ। ਇਹ ਡਰਦੇ ਭੱਜ ਕੇ ਫਿਰ ਫੁੱਟਪਾਥ 'ਤੇ ਮੋਟਰਸਾਈਕਲ ਸਮੇਤ ਦੇ ਡਿੱਗ ਗਏ ਸੀਗੇ। ਅਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਹੈ ਵੀ ਸਾਡੇ ਸੱਟਾਂ ਲੱਗੀਆਂ, ਲੇਕਿਨ ਸਾਨੂੰ ਮੈਡੀਕਲ ਅਜੇ ਇੰਜਰੀ ਰਿਪੋਰਟ ਵਗੈਰਾ ਨਹੀਂ ਪੇਸ਼ ਕੀਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੰਮੇ ਸਮੇਂ ਤੋਂ ਪੁਲਿਸ ਦਾ ਨਾਮ ਸਵਾਲਾਂ ਵਿੱਚ ਰਹਿੰਦਾ ਹੈ, ਜਿਸ 'ਤੇ ਰੱਬ ਹੀ ਜਾਣੇ ਕਦੋਂ ਨਕੇਲ ਕਸੀ ਜਾਵੇਗੀ। ਹਕੀਕਤ ਟੀਵੀ ਪੰਜਾਬੀ ਲਈ ਮੋਹਾਲੀ ਤੋਂ ਜਤਿੰਦਰ ਸੱਭਰਵਾਲ ਦੀ ਰਿਪੋਰਟ।